ਸਵਾਗਤ ਹੈ ਪੀਟੀਸੀ ਨਿਊਜ਼ ਸਵੀਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਦਾ ਆਯੁਰਵੇਦਾ ਸ਼ੋ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ذریعے ਹਰ ਵਾਰ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀਆਂ ਬਿਮਾਰੀਆਂ ਨੇ ਚੜੀਆਂ ਉਹਨਾਂ ਦਾ ਆਯੁਰਵੇਦਾ ਤੇ ذریعے ਕਿਸ ਤਰੀਕੇ ਨਾਲ ਇਲਾਜ ਹੋ ਸਕਦਾ ਕਿਵੇਂ ਇਲਾਜ ਹੋ ਸਕਦਾ ਲੰਬਾ ਇਲਾਜ ਹੋ ਸਕਦਾ ਥੋੜੇ ਸਮੇਂ ਦਾ ਇਲਾਜ ਹੋ ਸਕਦਾ ਕਿਹੜਾ ਇਲਾਜ ਸੂਟ ਕਰਦਾ ਕਿਹੜਾ ਨਹੀਂ ਕਰਦਾ ਉਹ ਤਮਾਮ ਜਾਣਕਾਰੀਆਂ ਨੇ ਜੜੀਆਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਤਾਂ ਜੋ ਤੁਸੀਂ ਇਹ ਤੈਅ ਕਰ ਸਕੋ ਕਿ ਤੁਸੀਂ ਆਪਣੀ ਬਿਮਾਰੀ ਦਾ ਇਲਾਜ ਆਯੁਰਵੇਦ ਦਾ ذریعے ਕਰਾਣਾ ਹੈ ਜਾਂ ਨਹੀਂ ਕਰਾਣਾ ਇੱਕ ਹੋਰ ਵੀ ਕਾਰਨ ਹੈ ਇਸ ਪ੍ਰੋਗਰਾਮ ਦਾ ਜਿਹੜਾ ਸੀ ਪਹਿਲੇ ਦਿਨ ਤੋਂ ਹੀ ਇਹ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਆਯੁਰਵੇਦ ਦਾ ਸੰਬੰਧੀ ਜੇਕਰ ਕਿਸੇ ਦਾ ਕੋਈ ਪਰੰਪਰ ਲਿਖਾ ਹੈਗਾ ਜੇਕਰ ਆਯੁਰਵੇਦ ਦਾ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਅਧੂਰੀ ਜਾਣਕਾਰੀ ਹੈ ਜਿਹੜੀ ਉਹ ਵੱਧ ਖਤਰਨਾਕ ਹੁੰਦੀ ਹੈ ਉਹ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਨ ਦੇ ਲਈ ਇਸ ਪ੍ਰੋਗਰਾਮ ਨੂੰ ਲੈ ਕੇ ਆਇਆ ਜਾਂਦਾ ਸੋ ਅੱਜ ਦੇ ਖਾਸ ਮਹਿਮਾਨ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜੇ ਹੋਏ ਨੇ ਔਰ ਅੱਜ ਜਿਸ ਮੁੱਦੇ ਦੀ ਗੱਲ ਕਰਾਂਗੇ ਮੈਨੂੰ ਲੱਗਦਾ ਕਿ ਪੰਜਾਬ ਦੇ ਬਹੁਤ ਹੀ ਥਾਵਾਂ ਦੇ ਉੱਤੇ ਮੇ ਮਾਝੇ ਦੇ ਹੋਣ ਮਾਲਵੇ ਦੇ ਜਾਂ ਦੁਆਬੇ ਦੇ ਜਾਂ ਪੁਆਧਾ ਏਰੀਆ ਵੀ ਹੋਵੇ ਸਾਰੇ ਹੀ ਏਰੀਆ ਤੋਂ ਜਿਹੜੇ ਲੋਕ ਨੇ ਉਹ ਇਸ ਬਿਮਾਰੀ ਨਾਲ ਪੀੜਤ ਨੇ ਕੀ ਇਸ ਬਿਮਾਰੀ ਦਾ ਇਲਾਜ ਹੈ ਕਿਵੇਂ ਦਾ ਇਲਾਜ ਹੈ ਬਿਮਾਰੀ ਕਿਉਂ ਹੁੰਦੀ ਹੈ ਹਾਲੀ ਦੇ ਵਿੱਚ ਪਿਛਲੇ 2-3 ਦਿਹਾਕਿਆਂ ਤੋਂ ਕਿਉਂ ਇਹ ਵੱਧ ਗਈ ਹੈ ਇਹ तमाम ਜਾਣਕਾਰੀਆਂ ਨੇ ਜੜੀਆਂ ਇਹ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਮਹਿਮਾਨਾਂ ਦੇ ਨਾਲ ਜਾਣ ਪਛਾਣ ਕਰਾਦਨੇ ਸਵਾਗਤ ਕਰਦਨੇ ਹੈ ਵੈਜ ਜਗਤਾਰ ਪੰਨੂ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਵੈਜ ਸਾਹਿਬ ਸਿਕਾ ਡਾਕਟਰ ਮਨਦੀਪ ਵਰਮਾ ਜੀ ਬਹੁਤ ਬਹੁਤ ਸਵਾਗਤ ਹੈ ਵਰਮਾ ਸਾਹਿਬ ਤੁਹਾਡਾ ਵੀ ਔਰ ਡਾਕਟਰ ਦੀਕਸ਼ਾ ਜੀ ਬਹੁਤ ਬਹੁਤ ਸਵਾ ਉਮਦਾ ਹੈਗਾ ਡਾਇਬੀਟਿਸ ਦਾ ਜਿਸ ਨੂੰ ਅਸੀਂ ਸ਼ੂਗਰ ਵੀ ਕਹਿੰਦੇ ਆ ਕਿ ਸ਼ੂਗਰ ਜਿਹੜੀ ਬਿਮਾਰੀ ਹੈ ਆ ਆਮ ਤੌਰ ਤੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਸ਼ੂਗਰ ਵਰਗੀ ਨਾਮਰਾਦ ਬਿਮਾਰੀਏ ਜਿਹੜੀ ਉਹ ਦੁਸ਼ਮਣ ਨੂੰ ਵੀ ਨਾ ਲੱਗੇ ਕਿਉਂਕਿ ਇਹ ਬਿਮਾਰੀ ਅੰਦਰੋਂ ਅੰਦਰ ਹੀ ਇੱਕ ਘੋਣ ਵਾਂਗ ਤੁਹਾਨੂੰ ਖਾਂਦੀ ਰਹਿੰਦੀ ਹੈ ਔਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਅਜਿਹੀ ਸਥਿਤੀ ਤੇ ਪਹੁੰਚ ਜਾਂਦੇ ਹੋ ਜਿੱਥੇ ਇਹ ਬਿਮਾਰੀ ਆਪਣੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਸਹਿੜ ਕੇ ਨਾਲ ਲਿਆਉਂਦੀ ਹੈ ਜੇਕਰ ਇੱਕ ਡੇਟਾ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ 14 ਤੋਂ 17% ਜਿਹੜੇ ਲੋਕ ਨੇ ਉਹ ਡਾਇਬੀਟਿਸ ਤੋਂ ਪੀੜਤ ਇਹ ਡਾਟਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਡਾਟਾ ਹੈਗਾ ਪੰਜਾਬ ਹਰਿਆਣਾ ਨੂੰ ਲੈ ਕੇ ਕਿ 14 ਤੋਂ ਲੈ ਕੇ 17% ਤੱਕ ਲੋਕ ਨੇ ਜਿਹੜੇ ਉਹ ਡਾਇਬਟੀਜ਼ ਤੋਂ ਪ੍ਰਭਾਵਿਤ ਨੇ ਔਰ 34% ਨੂੰ ਸਿਰਫ ਪਤਾ ਕਿ ਅਸੀਂ ਡਾਇਬੀਟੀਜ਼ ਦੇ ਪੇਸ਼ੈਂਟ ਆ ਔਰ 34% ਦਾ ਜਿਹੜੇ ਲੋਕ ਸਿਰਫ ਉਹਨਾਂ ਨੂੰ ਪਤਾ ਬਾਕੀ ਅਨਅਵੇਅਰ ਨੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਸ਼ੂਗਰ ਇਹ ਇਸ ਖਤਰਨਾਕ ਮੁਹਾਜ ਤੇ ਪਹੁੰਚ ਚੁੱਕਿਆ ਸ਼ੂਗਰ ਹੈ ਉਸ ਦੇ ਵਿੱਚੋਂ 28% ਲੋਕਾਂ ਦਾ ਸਿਰਫ ਇਲਾਜ ਚੱਲ ਰਿਹਾ ਔਰ ਕੰਟਰੋਲ ਕਿੰਨੇ ਫੀਸਡ ਲੋਕਾਂ ਦਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਸਿਰਫ 14% ਲੋਕਾਂ ਦੀ ਕੰਟਰੋਲ ਹੈ ਸ਼ੂਗਰ ਔਰ ਬਾਕੀ ਦਵਾਈਆਂ ਖਾ ਰਹੇ ਨੇ ਜੂਝ ਰਹੇ ਨੇ ਸ਼ੂਗਰ ਦੀ ਬਿਮਾਰੀ ਦੇ ਨਾਲ ਸੋ ਸ਼ੂਗਰ ਦੀ ਬਿਮਾਰੀ ਕੀ ਹੈ ਇਸ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਸਾਡੇ ਖਾਣ ਪੀਣ ਤੋਂ ਲੈ ਕੇ ਸਾਡੇ ਜੀਵਨ ਜਾਸ ਤੋਂ ਲੈ ਕੇ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਲੈ ਕੇ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਕੁਝ ਬਿਮਾਰੀਆਂ ਅਜਈਆਂ ਹੁੰਦੀਆਂ ਨੇ ਜਿਹੜੀਆਂ ਸਿਰਫ ਤੁਹਾਡੇ ਖਾਣ ਪੀਣ ਨਾਲ ਸੰਬੰਧਤ ਰਹੰਦੀਆਂ ਨੇ ਪਰ ਕੁਝ ਬਿਮਾਰੀਆਂ ਅਜਈਆਂ ਹੁੰਦੀਆਂ ਨੇ ਡਾਇਬੀਟਿਸ ਵਰਗੀਆਂ ਜਿਹੜੀਆਂ ਨਾ ਸਿਰਫ ਖਾਣ ਪੀਣ ਦੇ ਨਾਲ ਤੁਹਾਡੇ ਕੰਮ ਕਰਨ ਦੇ ਤਰੀਕੇ ਦੇ ਨਾਲ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ ਦੇ ਨਾਲ ਤੁਹਾਡੀ ਸਿਟਿੰਗ ਕਪੈਸਿਟੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਨਾਲ ਡਾਇਬੀਟਿਸ ਜੁੜੀ ਹੋਈ ਹੈ ਜੋ ਬੇਸਿਕ ਜੀ ਜਾਣਕਾਰੀ ਹਰ ਇੱਕ ਨੂੰ ਹੁੰਦੀ ਹੈ ਵੈਦ ਜਗਤਾਰ ਪੰਨੂ ਸਾਹਿਬ ਤੋਂ ਸ਼ੁਰੂਆਤ ਕਰਾਂਗੇ ਪੰਨੂ ਸਾਹਿਬ ਡਾਇਬੀਟਿਸ ਸੁਣਨ ਦੇ ਵਿੱਚ ਹੀ ਐ ਲੱਗਦਾ ਕਿ ਚਲੋ ਇੱਕ ਗੋਲੀ ਹੋਵੇ ਸਵੇਰੇ ਖਾਣੀ ਹੈ ਸ਼ਾਮੀ ਖਾਣੀ ਹੈ ਪਰ ਡਾਇਬੀਟਿਸ ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਦੀ ਡਾਇਬੀਟਿਸ ਉਸ ਹੱਦ ਤੱਕ ਵੱਜ ਚੁੱਕੀ ਹੁੰਦੀ ਹੈ ਕਿ ਉਹਨਾਂ ਨੂੰ ਇਲਾਜ ਵੀ ਜਿਹੜਾ ਉਹ ਨਹੀਂ ਸਹੀ ਹੋ ਪਾਂਦਾ ਫਿਰ ਉਹ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ ਡਾਇਬੀਟਿਸ ਦੇ ਕਿੰਨੇ ਕੋ ਗਿਣਤੀ ਦੇ ਵਿੱਚ ਪੇਸ਼ੈਂਟ ਆਉਂਦੇ ਨੇ ਕਿਵੇਂ ਦੇ ਪੇਸ਼ੈਂਟ ਆਉਂਦੇ ਨੇ ਬਹੁਤਿਆਂ ਨੂੰ ਪਤਾ ਹੁੰਦਾ ਕਿ ਉਹਨਾਂ ਨੂੰ ਸ਼ੂਗਰ ਹੈ ਜਾਂ ਕਈਆਂ ਨੂੰ ਤੁਸੀਂ ਦੱਸ ਦਿਓ ਕੋਈ ਭਾਈ ਤੇਰੀ ਤਾਂ ਸ਼ੂਗਰ ਹੈ ਕਈ ਵਾਰ ਤੇ ਜਲਦੀ ਰਿਪੋਰਟਾਂ ਚੈੱਕ ਕਰਦੇ ਆਂ ਜੀ ਉਹਨਾਂ ਨੂੰ ਦੱਸ ਦਿਆਂ ਭਾਈ ਤੁਹਾਨੂੰ ਕਿ ਸੰਤ ਪਤਾ ਨਹੀਂ ਹੈਗੇ ਜੀ ਹੂੰ ਦੱਸੀ ਤਾਂ ਭਾਈ ਤੁਹਾਡੀ ਸ਼ੁਕਰ ਬਾਰਡਰ ਲਾਈਨ ਤੇ ਪਹੁੰਚੀ ਜਾਂ ਤੁਹਾਨੂੰ ਹੈਗੇ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਹੈ ਜੀ ਉਹ ਤਾਂ ਚੈੱਕ ਕਰ ਉਹਨਾਂ ਨੂੰ ਗੋੜੀ ਪੱਕੀ ਖਾਣੀ ਪੈਜੋ ਜੀ ਹੂੰ ਐਗਜ਼ੈਕਟਲੀ ਇੱਕ ਲੋਕਾਂ ਦੇ ਵਿੱਚ ਬਹੁਤ ਇਹ ਭਰਮ ਭਲੇ ਕਿਨੇ ਜੀ ਉਹਦੇ ਨਾਲ ਹੀ ਫਿਰ ਜਿਹੜੇ ਹੋਰ ਬਿਮਾਰੀਆਂ ਸਿਹੜ ਹੁੰਦੀਆਂ ਨੇ ਜੀ ਹੂੰ ਉਹਦੇ ਕੁਝ ਹਿਸਾਬ ਤਾਂ ਵੇ ਹੈਗੇ ਜੀ ਹੂੰ ਉਹ ਬਤਾਈਏ ਡਾਟਾ ਦੱਸਿਆ ਕਿ ਸਿਰਫ 34% ਲੋਕਾਂ ਨੂੰ ਪਤਾ ਕਿ ਉਹਨਾਂ ਨੂੰ ਡਾਇਬੀਟੀਜ਼ ਹੈ ਹਾਂਜੀ ਹਾਂਜੀ ਉਹ ਬਹੁਤ ਡਰਦੇ ਨੇ ਚੈੱਕ ਕਰਾਉਂਦੇ ਵੀ ਜੇ ਅਸੀਂ ਕਦੇ ਚੈੱਕ ਕਰਾ ਲਈ ਤਾਂ ਸਾਨੂੰ ਗੋੜੀ ਲੱਗ ਜਾਪੱਕੀ ਜੀ ਇਹ ਕਈਆਂ ਨੂੰ ਚਲੋ ਹੋਰ ਬਹੁਤ ਬਿਮਾਰੀਆਂ ਨਾਲ ਸਹੇੜ ਹੋ ਜਾਂਦੀਆਂ ਨੇ ਜੀ ਫੇਰ ਚੈੱਕ ਕਰੋ ਫੇਰ ਲੱਗਦਾ ਪਤਾ ਕਿ ਇਹ ਸ਼ੂਗਰ ਕਰਕੇ ਹੋਈਆਂ ਨੇ ਜੀ ਇਹ ਤੇ ਡਾਕਟਰ ਸਾਹਿਬ ਵਟਸਐਪ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਸ਼ੂਗਰ ਹੈ ਇਹਦਾ ਪਰਮਾਨੈਂਟ ਕੋਈ ਇਲਾਜ ਨਹੀਂ ਹੈ ਇਹ ਪਰਮਾਨੈਂਟ ਇਲਾਜ ਤਾਂ ਸਿਰਫ ਇਹਦਾ ਦਵਾਈ ਹੈ ਕਿ ਸਾਰੀ ਉਮਰ ਦਵਾਈ ਖਾਣੀ ਪੈਣੀ ਹੈ ਨਹੀਂ ਅਜੂ ਪੈਦੇ ਵਿੱਚ ਇਲਾਜ ਹੈ ਦਾ ਸੰਭਵ ਹੈਗਾ ਜੀ ਸ਼ੁਕਰ ਦਾ ਸ਼ੁਕਰ ਦਾ ਜੀ ਹਮ ਸੋ ਇਹ ਆਪਣੇ ਆਪ ਤਾਂ ਵਿੱਚ ਜਿਹੜੀ ਇੱਕ ਵੱਡੀ ਗੱਲ ਆਮ ਤੌਰ ਤੇ ਵੀ ਕਹੀ ਜਾਂਦੀ ਹੈ ਕਿ 슈ਗਰ ਦਾ ਪੇਸ਼ੈਂਟ ਹੈ ਮਿੱਠਾ ਤੁਹਾਡਾ ਬੰਦ ਤਲਿਆ ਤੁਹਾਡਾ ਬੰਦ ਐਕਸਰਸਾਈਜ਼ ਤੋਂ ਨੂੰ ਰੋਜ਼ ਕਰਨੀ ਪੈਗੀ ਬਹੁਤ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਕੰਟਰੋਲ ਕਰਨਾ ਪੈਂਦਾ ਆ ਇਦਾਂ ਟ੍ਰੀਟਮੈਂਟ ਹੈ ਜਿਹੜਾ ਜਾਂ ਇਦਾਂ ਜਿਹੜੀ ਦਵਾਈ ਹੈ ਉਹ ਤੁਹਾਨੂੰ ਲੰਬਾ ਸਮਾਂ ਖਾਣੀ ਪੈਂਦੀ ਹੈ ਇਦਾਂ ਯਕੀਨਨ ਤੌਰ ਤੇ ਕਹ ਨਹੀਂ ਜਾ ਸਕਦਾ ਕਿ ਪੂਰੀ ਤਰ੍ਹਾਂ 슈ਗਰ ਜਿਹੜੀ ਤੁਹਾਡੀ ਖਤਮ ਹੋ ਜਾਏਗੀ ਡਾਕਟਰ ਸਾਹਿਬ ਤੋਂ ਇਸ ਦੇ ਵਿੱਚ ਵਾਅਦਾ ਕਰਦੇ ਆ ਡਾਕਟਰ ਮਨਦੀਪ ਪਰਮਾ ਜੀ ਜਿਵੇਂ ਮੈਂ ਥੋੜਾ ਜਿਹਾ ਅੰਕੜੇ ਵੀ ਕੱਢੇ ਸੀਗੇ ਉਹ ਮੈਂ ਦੱਸੇ ਨੇ ਲੋਕਾਂ ਨੂੰ ਮੈਂ ਤੁਹਾਡੇ ਤੋਂ ਇਹ ਜ ਕਿਵੇਂ ਇੱਕ ਸ਼ਰੀਰ ਦੇ ਵਿੱਚ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਸ਼ਰੀਰ ਨੂੰ ਨਮਕ ਦੀ ਵੀ ਲੋੜ ਆ ਸ਼ਰੀਰ ਨੂੰ ਮਿੱਠੇ ਦੀ ਵੀ ਲੋੜ ਆ ਮਿੱਠੇ ਦੀ ਮਾਤਰਾ ਵੱਧ ਜਾਣਾ 슈ਗਰ ਹੁੰਦਾ ਹੈ ਕਿਆ ਹੁੰਦਾ ਕਿਉਂ ਇਨਸੂਲਿਨ ਤੱਕ ਦੀ ਨੋਬਤ ਆ ਜਾਂਦੀ ਹੈ ਇਹ ਥੋੜੀ ਜਾਣਕਾਰੀ ਨਹੀਂ ਰੱਬ ਨੇ ਅਸਲ ਚ ਆਪਣਾ ਜਿਹੜਾ ਸ਼ਰੀਰ ਬਣਾਇਆ ਉਹ ਬਹੁਤ ਸੋਚ ਸਮਝ ਕੇ ਬਣਾਇਆ ਹੋਇਆ ਹੈ ਜਿਹੜੀ ਚੀਜ਼ ਦੀ ਜਿੰਨੀ ਜ਼ਰੂਰਤ ਆ ਉਹ ਚੀਜ਼ ਲਈ ਜਾਂਦੀ ਹੈ ਜੇ ਆਪਾਂ ਮਿੱਠਾ ਵੱਧ ਵੀ ਖਾਂਦੇ ਆ ਸ਼ਰੀਰ ਦੇ ਵਿੱਚ ਨਾਰਮਲ ਆ ਜਿਨ੍ਹਾਂ ਨੂੰ ਨਹੀਂ 슈ਗਰ ਹੈਗੀ ਮਿੱਠਾ ਜ਼ਿਆਦਾ ਖਾਂਦੇ ਉਹਨਾਂ ਦਾ ਵੀ ਤਾਂ ਡਾਈਜੈਸਟ ਹੁੰਦਾ ਹੀ ਆ ਬੇਸਿਕਲੀ ਕੀ ਆ ਆਪਣੇ ਸ਼ਰੀਰ ਦੇ ਵਿੱਚ ਇੱਕ ਅੰਗ ਆ ਪੈਂ ਪੈਨਕ੍ਰੀਆਸ ਕੀ ਕਰਦਾ ਹੈ ਇਨਸੂਲਿਨ ਸੈਕ੍ਰੀਟ ਕਰਦਾ ਹੈ ਠੀਕ ਹੈ ਉਹ ਇਨਸੂਲਿਨ ਜਿਹੜਾ ਸੈਕ੍ਰੀਟ ਕਰਦਾ ਹੈ ਬੇਸਿਕਲੀ 슈ਗਰ ਇੱਕ ਮੈਟਾਬੋਲਿਕ ਡਿਸਆਰਡਰ ਹੈ ਜਦ ਆਪਾਂ 슈ਗਰ ਖਾਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਉਹ ਇਨਸੂਲਿਨ ਜਿਹੜੀ ਪ੍ਰੋਡਿਊਸ ਹੁੰਦੀ ਹੈ ਇਨਸੂਲਿਨ ਉਹਨੂੰ ਡਾਈਜੈਸਟ ਕਰਦੀ ਹੈ ਕੰਟਰੋਲ ਕਰਦੀ ਹੈ ਜਦੋਂ ਇਨਸੂਲਿਨ ਬਣਨੀ ਘਟ ਜਾਂਦੀ ਹੈ ਜਾਂ ਬਣਨੀ ਬੰਦ ਹੋ ਜਾਂਦੀ ਹੈ ਜਾਂ ਆਪਣਾ ਐਕਸ਼ਨ ਘਟਾ ਜਾਂਦੀ ਹੈ ਫਿਰ ਉਹ ਜਿਹੜੀ 슈ਗਰ ਆਪਾਂ ਖਾਧੀ ਆ ਮਿੱਠਾ ਆਪਾਂ ਲਿਆ ਉਹ ਡਾਈਜੈਸਟ ਨਹੀਂ ਹੁੰਦਾ ਉਹ ਡਾਈਜੈਸਟ ਨਾ ਹੋ ਕੇ ਉਹਦਾ ਬਲੱਡ ਚ ਲੈਵਲ ਵੱਜ ਜਾਂਦਾ ਹਾਈਪਰਗਲਾਈ ਇੱਕ ਗੱਲ ਹੋਰ ਦੱਸੋ ਫਿਰ ਇਹ ਜਦੋਂ 슈ਗਰ ਦਾ ਲੈਵਲ ਵੱਧ ਗਿਆ ਖੂਨ ਗਾੜਾ ਹੋ ਜਾਂਦਾ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਸਹੀ ਤਰ੍ਹਾਂ ਇਫੈਕਟ ਨਹੀਂ ਕਰ ਪਾਉਂਦਾ ਕੁਝ ਹੋਰ ਗਾੜਾ ਕੁਝ ਨਹੀਂ ਹੁੰਦਾ 슈ਗਰ ਦਾ ਕੀ ਕਾਰਨ ਕੀ ਹੈ ਸਿਰਫ ਉੱਚ ਮਿੱਠੇ ਦੀ ਮਾਤਰਾ ਵੱਧ ਗਈ अच्छा ग्लूकोज ਵੱਧ ਗਿਆ ਉਹਦੇ ਵਿੱਚ ਬਾਕੀ ਸਭ ਕੁਝ ਨਾਰਮਲ ਹੀ ਹੈ ਹਾਂ ਇਹ ਆ ਵੀ ਜਦ ਸ਼ੂਗਰ ਹੋਈ ਨੂੰ ਟਾਈਮ ਹੋ ਜਾਂਦਾ ਆਪਾਂ ਨਹੀਂ ਕੰਟਰੋਲ ਕਰਦੇ ਤਾਂ ਅੱਗੇ ਜਿਹੜੀਆਂ ਆਪਾਂ ਅੱਜ ਵੀ ਡਿਸਕਸ ਕਰਾਂਗੇ ਬਿਮਾਰੀਆਂ ਅੱਗੇ ਹੁੰਦੀਆਂ ਉਹਨਾਂ ਚ ਖੂਨ ਗਾੜਾ ਹੋਣਾ ਇੱਕ ਇਹਦਾ ਅੱਗੇ ਬਿਮਾਰੀ ਬਣਾ ਦਿੰਦਾ ਇਹੋ ਚੀਜ਼ ਬਿਲਕੁਕੁਲ ਠੀਕ ਤੁਸੀਂ ਪੈਨਕ੍ਰੀਆਸ ਦੀ ਗੱਲ ਕੀਤੀ ਹੈ ਕਿ ਇਨਸੂਲਿਨ ਬਣਾਉਂਦਾ ਹੈ ਇਸੇ ਕਰਕੇ ਜਦੋਂ ਪੈਨਕ੍ਰੀਆਸ ਇਨਸੂਲਿਨ ਬਣਾਉਣਾ ਬੰਦ ਕਰ ਦਿੰਦਾ ਜਾਂ ਘੱਟ ਕਰ ਦਿੰਦਾ ਜਦੋਂ ਲੈਵਲ ਵੱਜ ਜਾਂਦਾ ਸੀ ਇਹ ਕਿੰਨੇ ਕਿ ਨੂੰ ਇਨਸੂਲਿਨ ਦੀ ਲੋੜ ਹੈ ਫਿਰ ਆਪਾਂ ਆਰਟੀਫੀਸ਼ੀਅਲ ਇਨਸੂਲਿਨ ਦਿੰਨੇ ਹਾਂ ਜਾਂ ਕਿ ਜਦੋਂ ਉਹ ਬਿਲਕੁਲ ਹੀ ਇنسولিন ਬਣਾਣੀ ਬੰਦ ਕਰ ਗਿਆ ਫਿਰ ਆਪਾਂ ਇنسولিন ਦਿੰਨੇ ਆ ਜੇ ਉਹ ਘੱਟ ਇنسੁਲਿਨ ਬਣਾ ਰਿਹਾ ਪਰ ਬਣਾ ਰਿਹਾ ਫਿਰ ਆਪਾਂ ਟੈਬਲੇਟ ਦੇ ਦਿੰਨੇ ਆ ਵੀ ਉਹਨੂੰ ਐਕਟੀਵੇਟ ਕਰੇ ਜਾ ਕੇ ਵੀ ਇنسੁਲਿਨ ਪ੍ਰੋਡਿਊਸ ਕਰ ਕਈ ਵਾਰ ਕੰਡੀਸ਼ਨ ਇਹੋ ਜੀ ਵੀ ਆ ਜਾਂਦੀ ਹੈ ਇنسੁਲਿਨ ਤਾਂ ਬਣਾਉਂਦਾ ਹੁੰਦਾ ਪਰ ਉਹ ਸਫੀਸ਼ੈਂਟ ਨਹੀਂ ਪੈਂਦੀ ਬਾਡੀ ਨੂੰ ਤਾਂ ਵੀ ਆਪਾਂ ਨੂੰ ਇنسੁਲਿਨ ਦੇਣੀ ਪੈਂਦੀ ਬੇਸਿਕਲੀ ਜਿਹੜੇ ਆਪਾਂ ਆਪਾਂ ਗੱਲ ਕੀਤੀ ਹੈ ਹੁਣ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਟਾਈਪ 1 ਤੇ ਟਾਈਪ 2 ਅੱਛਾ ਟਾਈਪ 1 ਬੇਸਿਕਲੀ ਹੁੰਦੇ ਜਿਹੜੇ ਆਪਾਂ ਜੁਵਨਾਈਲ ਕਹਿ ਦਿੰਨੇ ਜਿਹੜੇ ਕਿ ਬੱਚਿਆਂ ਦੇ ਵਿੱਚ ਹੋ ਜਾਂਦੀ ਹੈ ਡਾਇਬੀਟੀਜ਼ ਉਹਦੇ ਵਿੱਚ ਆਪਾਂ ਨੂੰ ਉਹਦੇ ਵਿੱਚ ਕੀ ਹੁੰਦਾ ਹੈ ਕਿ ਪੈਨਕ੍ਰੀਆਸ ਇنسੁਲ ਉਹ ਬੇਸਿਕਲੀ ਆਪਾਂ ਕਹਿੰਦੇ ਨੇ ਕਿ ਆਟੋ ਇਮਿਊਨ ਹੋ ਗਿਆ ਜਾਂ ਜੈਨੇਟਿਕ ਕੋਈ ਫੈਕਟਰਸ ਹੋ ਸਕਦੇ ਨੇ ਬਿਲਕੁਲ ਹੋ ਗਿਆ এনवायरमेंटਲ ਫੈਕਟਰਸ ਹੋ ਸਕਦੇ ਨੇ ਉਹਦੇ ਵਿੱਚ ਆਪਾਂ ਨੂੰ ਇਨਸੂਲਿਨ ਹੀ ਦੇਣੀ ਪੈਂਦੀ ਹੈ ਇੱਕ ਗੱਲ ਹੋਰ ਡਾਕਟਰ ਦੀਕਸ਼ਾ ਆਮ ਤੌਰ ਤੇ ਆਪਾਂ ਲੋਕਾਂ ਦੇ ਮੂੰਹੋਂ ਵੀ ਸੁਣਦੇ ਆ ਕਿ ਇਸ ਨੂੰ ਬਲੱਡ 슈ਗਰ ਹੈ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਇਹਨੂੰ ਯੂਰਿਨ ਦੇ ਵਿੱਚ 슈ਗਰ ਹੈ ਇਹਨਾਂ ਦੋਵਾਂ ਦੇ ਵਿੱਚ ਕੋਈ ਫਰਕ ਹੈ ਜਾਂ ਇੱਕੋ ਹੀ ਚੀਜ਼ ਹੈ ਬੇਸਿਕਲੀ ਮੈਂ ਦੱਸਦਾ ਇਹ ਇਸ ਚੀਜ਼ ਦਾ ਕੀ ਹੈ ਬਲੱਡ ਸ਼ੂਗਰ ਆਪਾਂ ਕਹ ਦਿੰਨੇ ਆ ਚਲੋ ਠੀਕ ਹੈ ਜਿਹੜੀ ਮੈਂ ਪਹਿਲਾਂ ਐਕਸਪਲੇਨ ਕਰਕੇ ਹਟਿਆ ਵੀ ਡਾਈਜੈਸਟ ਨਹੀਂ ਪ੍ਰੋਪਰ ਹੋਈ ਤਾਂ ਬਲੱਡ ਦੇ ਵਿੱਚ ਜਿਹੜੀ ਉਹਦੀ ਸਟ੍ਰੀਮ ਸੀ ਉਹ ਚ ਸ਼ੂਗਰ ਲੈਵਲ ਵਧ ਗਏ ਤਾਂ ਉਹ ਚੀਜ਼ ਆ ਗਈ ਜਿਹੜੀ ਆਪਾਂ ਯੂਰਨ ਦੀ ਇਹਦੀ ਸ਼ੂਗਰ ਦੀ ਗੱਲ ਕਰਦੇ ਨੇ ਇਹ ਚ ਜਨਤਾ ਕਾਫੀ ਕਨਫਿਊਜ਼ ਹੋ ਜਾਂਦੀ ਆ ਕਈ ਲੋਕ ਕੀ ਕਰਦੇ ਆ ਕਈ ਲੋਕ ਪਿਸ਼ਾਬ ਵਾਲੀ ਸ਼ੂਗਰ ਕਹ ਦਿੰਨੇ ਆ ਜਿਹਨੂੰ ਆਪਾਂ ਉਹ ਇਸ ਚੀਜ਼ ਨੂੰ ਮੰਨਦੇ ਆ ਵੀ ਪਿਸ਼ਾਬ ਦੇ ਵਿੱਚ ਗਲੂਕੋਜ਼ ਲੈਵਲ ਇਨਕਰੀਜ਼ ਹੋਣਾ ਜਿਵੇਂ ਬਲੱਡ ਦੇ ਵਿੱਚ ਇਨਕਰੀਜ਼ ਹੋਇਆ ਉਹ ਮੇ ਪਿਸ਼ਾਬ ਦੇ ਵਿੱਚ ਲੈਵ ਹੁੰਦੀ ਆ ਏ 슈ਗਰ ਕਹਦੇ ਨੇ ਪਛਾਵਲੀ ਕਈ ਲੋਕ ਕੀ ਕਹਿੰਦੇ ਆ ਇੱਕ ਪਾਰਟਿਕੂਲਰ ਬਿਮਾਰੀ ਆ ਡਾਇਬੀਟਿਸ ਇਨਸੀਪਿਡਸ ਹੂੰ ਉਹ ਲੱਗਤੋ ਉਹ 슈ਗਰ ਨਹੀਂ ਹੈਗੀ ਪਰ ਉਹਦਾ ਨਾਮ ਡਾਇਬੀਟਿਸ ਇਨਸੀਪਿਡਸ ਆ ਉੱਚ ਕੀ ਹੁੰਦਾ ਆ ਉਹ ਬਿਮਾਰੀ ਇਹ ਜੀ ਆ ਆਪਣੇ ਸਰੀਰ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਰੱਬ ਨੇ ਪੈਨਕ੍ਰੀਆਸ ਲਗਾਇਆ ਇਨਸੂਲਿਨ ਕੰਟਰੋਲ ਕਰਨ ਦੇ ਲਈ ਉਸੇ ਤਰ੍ਹਾਂ ਜਦ ਆਪਾਂ ਸਰੀਰ ਚੋਂ ਪਾਣੀ ਪੀਂਨੇ ਆਪਾਂ ਤਾਂ ਪਾਣੀ ਦਾ ਕੰਮ ਮੇਨਲੀ ਆਪਾਂ ਜੇ ਸੁਣਿਆ ਵੀ ਹੋਗਾ ਇੱਕ ਇੱਕ ਚੀਜ਼ ਕਹਿੰਦੇ ਆ ਵੀ ਕਿਡਨੀਆਂ ਨੂੰ ਫਿਲਟਰ ਕਰਦਾ ਜੀ ਇਹ ਜਿਹੜੀ ਗੰਦਗੀ ਆ ਸਰੀਰ ਦੀ ਉਹ ਬਾਹਰ ਕੱਢਦਾ ਪਿਸ਼ਾਬ ਦੇ ਥਰੂ ਤਾਂ ਬ੍ਰੇਨ ਦੇ ਵਿੱਚ ਹਾਈਪੋਥੈਲਮਸ ਹੁੰਦਾ ਹਾਈਪੋਥੈਲਮਸ ਕੀ ਕਰਦਾ ਐਂਟੀ ਡਾਈਯੂਰੇਟਿਕ ਹਾਰਮੋਨ ਹੁੰਦਾ ਇੱਕ ਵੈਸੋਪ੍ਰੈਸਿਨ ਕਹਿੰਦੇ ਆ ਉਹਨੂੰ ਉਹ ਰਿਲੀਜ਼ ਕਰਦਾ ਆ ਉਹ ਰਿਲੀਜ਼ ਹੋ ਕੇ ਪਿਟਿਊਟਰੀ ਗਲੈਂਡ ਦੇ ਵਿੱਚ ਰਹਿੰਦਾ ਆ ਜਦ ਉਹਦੀ ਉਹਦਾ ਕੰਮ ਕੀ ਆ ਉਹਦਾ ਕੰਮ ਇਹ ਹੈ ਵੀ ਜਿਹੜਾ ਆਪਾਂ ਪਾਣੀ ਪੀਤਾ ਉਹਨੇ ਉਸ ਪਾਣੀ ਦੀ ਓਨੀ ਕੁ ਮਾਤਰਾ ਜਿੰਨੀ ਕਿ ਉਹਨੂੰ ਜ਼ਰੂਰਤ ਆ ਵੀ ਟੌਕਸਿਨਸ ਬੋਡੀ ਚੋਂ ਬਾਹਰ ਕੱਢਣ ਲਈ ਓਨੀ ਕੋਨੇ ਕਿਡਨੀ ਨੂੰ ਦੇ ਕੇ ਯੂਰਿਨ ਬਣਾ ਦੇਣਾ ਤੇ ਬਾਕੀ ਉਹਨੇ ਬਲੱਡ ਦੇ ਵਿੱਚ ਭੇਜ ਦੇਣੀ ਆ ਵੀ ਬਲੱਡ ਨੂੰ ਪਾਣੀ ਦੀ ਲੋੜ ਹੈ ਜਿਵੇਂ ਆਪਾਂ ਕਹਿੰਦੇ ਨੇ ਕਿੰਮਰ ਵੀ ਜਦ ਲੂਜ਼ ਮੋਸ਼ਨ ਹੁੰਦੇ ਹੈ ਇਹਦਾ ਪਾਣੀ ਘਟ ਗਿਆ ਜੀ ਬਿਲਕੁਲ ਤਾਂ ਉਹੀ ਹੁੰਦਾ ਵੀ ਬਲੱਡ ਚੋਂ ਜਿਹੜਾ ਪਾਣੀ ਸੀ ਉਹ ਜ਼ਰੂਰਤ ਸਰੀਰ ਨੇ ਸੋਖ ਲਿਆ ਤਾਂ ਇਹ ਦਿੱਕਤ ਹੁੰਦੀ ਹੈ ਉੱਚ ਕੀ ਹੈ ਉਹ ਪਾਣੀ ਜਿਆਦਾ ਤੋਂ ਜਿਆਦਾ ਬਾਥਰੂਮ ਥਰੂ ਨਿਕਲਣ ਲੱਗ ਜਾਂਦਾ ਬਲੱਡ ਦੇ ਵਿੱਚ ਨਹੀਂ ਜਾਂਦਾ ਉਹਦੇ ਚ ਪਿਆਸ ਜਿਆਦਾ ਲੱਗਦੀ ਆ ਟਿਪ ਛੱਪ ਜਿਆਦਾ ਹਾਂ ਸਰੀਰ ਚ ਪਾਣੀ ਦੀ ਕਮੀ ਹੁੰਦੀ ਆ ਉਹ ਡਾਇਬੀਟਿਕ ਇਨਸੀਪਿਡਸ ਆਪਾਂ ਵੀ ਕਹਿੰਦੇ ਆ ਕਿ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੁੰਦੇ ਨੇ ਉਹ ਸਫਰ ਤੋਂ ਕੰਨੀ ਕਤਰਾਂਦੇ ਨੇ ਇਸੇ ਕਰਕੇ ਕਤਰਾਂਦੇ ਨੇ ਕਿਉਂਕਿ ਉਹਨਾਂ ਨੂੰ ਵਾਰ-ਵਾਰ ਵਾਸ਼ਰੂਮ ਜਾਣ ਦੀ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਉਹ ਸਫਰ ਵੀ ਨਹੀਂ ਕਰ ਸਕਦੇ ਇਹ ਬਿਮਾਰੀ ਹੈ ਜਿਹੜੀ ਇੰਨੀ ਗੰਭੀਰ ਹੈਗੀ ਹੈ ਡਾਕਟਰ ਦੀਕਸ਼ਾ ਤੋਂ ਇੱਕ ਸਵਾਲ ਲੈ ਲੈਂਦੇ ਫਿਰ ਪੰਨੂ ਸਾਹਿਬ ਕੁਲ ਚੱਲਾਂਗੇ ਡਾਕਟਰ ਦੀਕਸ਼ਾ ਇਹ ਸ਼ੂਗਰ ਹੁੰਦੀ ਕਿਉਂ ਹੈ ਇੱਕ ਤਾਂ ਤੁਸੀਂ ਜੈਨੇਟਿਕ ਦੱਸ ਦਿੱਤਾ ਪਰ ਕੀ ਸਾਡੇ ਖਾਣ ਪੀਣ ਸਾਡੇ ਜ਼ਿੰਦਗੀ ਦੇ ਵਿੱਚ ਅਸੀਂ ਕੰਮ ਕਿਸ ਤਰ੍ਹਾਂ ਦੇ ਕਰਦੇ ਹਾਂ ਓਬੈਸਿਟੀ ਵੀ ਜਿਹੜੀ ਹੈਗੀ ਹੈ ਉਹ ਵੀ ਇੱਕ ਕਾਰਨ ਮੰਨਿਆ ਜਾਂਦਾ ਤੁਹਾਡਾ ਲਿਵਿੰਗ ਸਟਾਈਲ ਹੈ ਜਿਹੜਾ ਤੁਸੀਂ ਜੰਕ ਫੂਡ ਸਟਾਈਲ ਤੁਹਾਡਾ ਲਾਈਫਸ ਪਹਿਲਾ ਜਿਵੇਂ ਮੈਂ ਗੱਲ ਕੀਤੀ ਸੀ ਜਿਹੜੀ ਟਾਈਪ 1 ਜਿਹੜੇ ਜੁਵਨਾਈਲ ਬੱਚਿਆਂ ਦੇ ਵਿੱਚ ਕਹਿੰਦੇ ਆ ਉਹ ਇੱਕ ਜੈਨੇਟਿਕ ਫੈਕਟਰ ਐ ਕਿ ਐਨਵਾਇਰਨਮੈਂਟਲ ਫੈਕਟਰਸ ਡਿਪੈਂਡ ਕਰਦੇ ਨੇ ਉਹਦੇ ਵਿੱਚ ਕੀ ਹੈ ਕਿ ਇਨਸੂਲਿਨ ਬਿਲਕੁਲ ਹੀ ਪ੍ਰੋਡਿਊਸ ਨਹੀਂ ਹੁੰਦੀ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਇੰਜੈਕਸ਼ਨਸ ਲਗਾਣੇ ਇਨਸੂਲਿਨ ਦੇ ਮੋਰਓਵਰ ਇਨਸੂਲਿਨ ਪੰਪ ਵੀ ਹੁੰਦਾ ਇੱਕ ਜੀ ਇੰਜੈਕਸ਼ਨਸ ਦੇ ਨਾਲ ਕਈਆਂ ਨੂੰ ਪੰਪ ਵੀ ਲੱਗਦਾ ਆ ਉਹ ਪੇਟ ਦੇ ਉੱਤੇ ਲੱਗਦਾ ਹੈ ਕੈਥੀਟਰ ਸਕਿਨ ਦੇ ਵਿੱਚ ਇਨਸਰਟ ਕਰਕੇ ਉਹਦਾ ਯੂਨਿਟਸ ਲੱਗਦੇ ਨੇ ਉਹਦੇ ਵਿੱਚ ਤੇ ਕਈਆਂ ਨੂੰ ਆਪਾਂ ਇੰਜੈਕਸ਼ਨਸ ਜਿਵੇਂ ਆਪਾਂ ਆਮ ਸੁਣਿਆ ਹੀ ਹੈ ਇੰਜੈਕ ਤੇ ਇੱਕ ਹੁੰਦੀ ਹੈ ਟਾਈਪ 2 ਜਿਹਦੇ ਵਿੱਚ ਪਹਿਲਾਂ ਵੀ ਡਾਕਟਰ ਸਾਹਿਬ ਨੇ ਕਿਹਾ ਵੀ ਇਨਸੂਲਿਨ ਘੱਟ ਪ੍ਰੋਡਿਊਸ ਹੁੰਦੀ ਆ ਕਿ ਉਹਦੇ ਵਿੱਚ ਆਪਾਂ ਕਈ ਕਹਿੰਦੇ ਕਿ ਲੋਕ ਲੋਕ ਆਪਾਂ ਸੁਣਦੇ ਆ ਕਹਿੰਦੇ ਆ ਕਿ ਆਪਾਂ ਟੈਬਲੈਟਸ ਵੀ ਲੈਣੇ ਆ ਅਸੀਂ ਇੰਜੈਕਸ਼ਨਸ ਵੀ ਲੈਣੇ ਆ ਸਾਡੀ ਕੰਟਰੋਲ ਨਹੀਂ ਹੋਈ ਟੈਬਲਟ ਨਾਲ ਇਸ ਲਈ ਸਾਨੂੰ ਇੰਜੈਕਸ਼ਨ ਲੈਣੇ ਪਏ ਉਹਨਾਂ ਦੇ ਟਾਈਪ 2 ਤੇ ਇੱਕ ਹੁੰਦੀ ਹੈ ਜਸਟੇਸ਼ਨਲ ਜਿਹੜੇ ਆਪਾਂ ਕਹਿੰਦੇ ਪ੍ਰੈਗਨੈਂਸੀ ਦੇ ਵਿੱਚ ਕਿਸੇ ਕਿਸੇ ਨੂੰ ਸ਼ੂਗਰ ਹੋ ਜਾਂਦੀ ਆ ਜੀ ਜੀ ਤੇ ਇਹਨਾਂ ਦੇ ਜਿਹੜੇ ਫੈਕਟਰਸ ਨੇ ਸਟ्रेस ਵੀ ਹੋ ਸਕਦਾ ਹੂੰ PCOD ਜਿਹੜਾ ਅੱਜਕੱਲ ਆਪਾਂ ਬਹੁਤ ਸੁਣਿਆ ਪੋਲੀਸਿਸਟਿਕ ఓਵਰੀਅਨ ਸਿੰਡਰੋਮ ਉਹ ਵੀ ਕ੍ਰੀਜ਼ਨ ਹੈ ਡਾਇਬੀਟੀਜ਼ ਦਾ ਹੂੰ ਤੁਹਾਡੇ ਲਾਈਫ ਸਟਾਈਲ ਤੁਹਾਡੀ ਮੈਨੇਜਮੈਂਟ ਨਹੀਂ ਹੈਗੀ ਸਟ्रेस ਇੰਡਿਊਸ ਡਾਇਬੀਟੀਜ਼ ਵੀ ਹੁੰਦੀ ਹੈ ਕਈਆਂ ਨੂੰ ਸਟ्रेस ਬਹੁਤ ਜ਼ਿਆਦਾ ਕਰਕੇ ਹੁੰਦੀ ਹੈ। ਉਹ ਵੈਦਪਨੂ ਸਾਹਿਬ ਪਰੋ ਸਾਹਿਬ ਆਮ ਤੌਰ ਤੇ ਜਿਹੜੇ ਪੇਸ਼ੈਂਟ ਹੁੰਦੇ ਨੇ ਸ਼ੂਗਰ ਦੇ ਪੇਸ਼ੈਂਟ ਹੁੰਦੇ ਨੇ ਉਹਨਾਂ ਦੀ ਦਵਾਈ ਚੱਲ ਰਹੀ ਹੁੰਦੀ ਹੈ। ਆਪਾਂ ਉਹਨਾਂ ਨੂੰ ਕਹਿੰਦੇ ਕਿ ਆਯੁਰਵੈਦਾ ਦੇ ਵਿੱਚ ਇਸ ਦਾ ਟ੍ਰੀਟਮੈਂਟ ਹੈ। ਕੀ ਉਹ ਦੋਵੇਂ ਦਵਾਈਆਂ ਸਿਮਲਟੇਨੀਅਸ ਲੈ ਸਕਦੇ ਨੇ ਨਾਲੋ ਨਾਲ ਚੱਲ ਸਕਦੀਆਂ ਨੇ ਕਿਉਂਕਿ ਕੋਈ ਵੀ ਪੇਸ਼ੈਂਟ ਇੱਕਦਮ ਆਪਣੀ ਰੁਟੀਨ ਦੀ ਦਵਾਈ ਬੰਦ ਕਰਕੇ ਸ਼ਿਫਟ ਨਹੀਂ ਹੋਣਾ ਚਾਹੇਗਾ ਤਾਂ ਕੀ ਉਹ ਨਾਲੋ ਨਾਲ ਦਵਾਈ ਲੈ ਸਕਦਾ? ਹਾਂਜੀ ਸਾਡੀ ਦਵਾਈ ਦੇ ਨਾਲ ਬਿਲਕੁਲ ਤੁਸੀਂ ਅੰਗ ਪਰ ਜਦੋਂ ਸਾਨੂੰ ਲੱਗਣਾ ਕਾਫੀ ਸਮੇਂ ਬਾਅਦ ਲੱਗਣ ਲੱਗ ਜਾਂਦਾ ਜੀ ਮਰੀਜ਼ ਰਿਕਵਰ ਹੋਣ ਲੱਗ ਗਿਆ ਜੀ ਮਰੀਜ਼ ਨੂੰ ਵੀ ਲੱਗਣ ਲੱਗਦੇ ਵੀ ਮੇਰੇ ਸਰੀਰ ਦੇ ਜਿਹੜੇ ਸਿੰਪਟਮ ਨੇ ਜੀ ਬਿਲਕੁਲ ਠੀਕ ਹੋ ਰਹੇ ਨੇ ਤੇ ਸ਼ੂਗਰ ਠੀਕ ਹੋ ਰਹੀ ਹੈ ਫਿਰ ਘਟਾ ਘਟਾ ਕੇ ਅਸੀਂ ਆਪਸੇ ਸਲਾਹ ਮਸ਼ਵਰਾ ਕਰਕੇ ਫਿਰ ਉਹਨੂੰ ਅਸੀਂ ਸਭ ਨਾਲ ਮੈਨੇਜ ਕਰ ਲੈਂਦੇ ਹਾਂ ਮੈਨੇਜ ਕਰ ਲੈਂਦੇ ਜੀ ਹੂੰ ਵੀ ਫਿਰ ਉਹਨੂੰ ਸਿਰਫ ਆਯੁਰਵੈਦ ਦਾਤੇ ਵੀ ਲਿਆਣੇ ਪਹਿਲਾਂ ਖਾਣੀ ਹੀ ਪੈਣੀ ਹੈ ਦੇਖੋ ਜੀ ਉਹ ਹੂੰ ਹੂੰ ਉਹ ਤੋਂ ਬਾਅਦ ਹੌਲੀ ਹੌਲੀ ਉਹ ਹੌਲੀ ਹੌਲੀ ਦੇਖੋ ਉਹ ਦੋਨੇ ਚੀਜ਼ੇ ਦੇਖਦੇ ਆ ਜੀ ਜੀ ਨਾੜ ਰਪੋਟਾ ਵੀ ਦੇ ਨਾਲ ਉਹ ਸਰੀਰ ਵੀ ਦੇਖਦੇ ਵੀ ਸਰੀਰ ਵੀ ਉਹਦਾ ਸਿੰਪਟਮ ਦੱਸ ਰਹੇ ਨੇ ਫਿਰ ਅਸੀਂ ਇਹ ਮੈਨੇਜ ਕਰਦੇ ਦੇਖੀ ਜਾਂ ਸੋਚ ਜੀ ਇਹ ਬਿਲਕੁਲ ਠੀਕ ਇੱਕੋ ਲੱਗਦੇ ਨਹੀਂ ਬੰਦ ਕਰਾਉਂਦੇ ਹੈਗੇ ਹਾਂ ਹਾਂ ਫਿਰ ਤਾਂ ਸਰੀਰ ਨੂੰ ਹੋਰ ਵੀ ਖਤਰਾ ਸਾਬਤ ਹੋ ਸਕਦਾ ਡਾਕਟਰ ਮਨਦੀਪ ਵਰਮਾ ਡਾਕਟਰ ਸਾਹਿਬ ਆਮ ਤੌਰ ਤੇ ਮੈਂ ਕਈ ਲੋਕਾਂ ਨੂੰ ਦੇਖਿਆ ਕਿ ਦੇਖੋ ਅਸੀਂ ਮਿੱਠਾ ਖਾਣਾ ਬੰਦ ਕਰ ਦਿੱਤਾ ਤਲਿਆ ਖਾਣਾ ਬੰਦ ਕਰ ਦਿੱਤਾ ਅਸੀਂ ਹਰ ਉਹ ਚੀਜ਼ ਬੰਦ ਕਰ ਦਿੱਤੀ ਜਿਸ ਦੇ ਨਾਲ 슈ਗਰ ਹੋ ਸਕਦੀ ਹੈ ਜਾਂ ਵੱਧ ਸਕਦੀ ਹੈ ਉਸ ਦੇ ਬਾਵਜੂਦ ਵੀ ਕਈ ਲੋਕਾਂ ਦੀ 슈ਗਰ ਕੰਟਰੋਲ ਦੇ ਵਿੱਚ ਨਹੀਂ ਆਂਦੀ ਉਹਦਾ ਕੀ ਕਾਰਨ ਐਕਚੁਅਲੀ ਉਹੀ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤੀ ਵੀ ਮੇਨਲੀ 슈ਗਰ ਜੇ ਜਿਆਦਾ ਡਿਟੇਲ ਚ ਨਾ ਜਾਈਏ ਦੋ ਤਰ੍ਹਾਂ ਦੀ ਆ ਇਹ ਕੈਂਸੂਲਿਨ ਡਿਪੈਂਡੈਂਟ ਇੱਕ ਨੋਨ ਇਨਸੂਲਿਨ ਡਿਪੈਂਡੈਂਟ ਇਨਸੂਲਿਨ ਡਿਪੈਂਡੈਂਟ ਜਿਹੜੀ ਆ ਗਈ ਉਸ ਦੇ ਵਿੱਚ ਤਾਂ ਆਪਾਂ ਨੂੰ ਇਹ ਹੁੰਦਾ ਵੀ ਇਨਸੂਲਿਨ ਬਣਦੀ ਨਹੀਂ ਇਨਸੂਲਿਨ ਦੇਣੀ ਆ ਤਾਂ ਉਹ ਦੇ ਅਕੋਰਡਿੰਗ ਉਹ ਮੈਨੇਜ ਹੋ ਜਾਂਦੀ ਹੈ ਡੋਸ ਪਰ ਜਿਹੜੀ ਨੋਨ ਇਨਸੂਲਿਨ ਡਿਪੈਂਡੈਂਟ ਆ ਉਹ ਚ ਆਪਾਂ ਗੋਲੀ ਦਿੰਨੇ ਆ ਪਰ ਉਹ ਚ ਅੱਗੇ ਕੀ ਆ ਕਈ ਵਾਰ ਕਿਆ ਹੁੰਦਾ ਉਨੀ ਇਨਸੂਲਿਨ ਫੇਰ ਵੀ ਪ੍ਰੋਡਿਊਸ ਨਹੀਂ ਹੁੰਦੀ ਬੋਡੀ ਚ ਜਿੰਨੀ ਚਾਹੀਦੀ ਹੁੰਦੀ ਆ ਤਾਂ ਉਸ ਦੇ ਅਕੋਰਡਿੰਗ ਉਹਦਾ ਵੀ ਇਨਸੂਲਿਨ ਕਿੰਨੀ ਪ੍ਰੋਡਿਊਸ ਹੋ ਰਹੀ ਆ ਉਹਦੇ ਬਾਰੇ ਅ ਅਰਟੀਫੀਸ਼ੀਅਲ ਇਨਸੂਲਿਨ ਵੀ ਦਿੱਤੀ ਜਾਂਦੀ ਹੈ ਟੈਬਲੇਟ ਦੇ ਨਾਲ ਨਾਲ ਇਸ ਤਰ੍ਹਾਂ ਕੰਟਰੋਲ ਕੀਤੀ ਜਾਂਦੀ ਹੈ ਪਰ ਜ਼ਿਆਦਾਤਰ ਮੈਂ ਇੱਕੇ ਚੀਜ਼ ਕਹੂੰਗਾ ਵੀ ਸ਼ੂਗਰ ਇੱਕ ਇਹੋ ਜਿਹੀ ਬਿਮਾਰੀ ਆ ਇਹ ਚ ਸਭ ਤੋਂ ਪਹਿਲਾਂ ਧਿਆਨ ਰੱਖਣ ਦੀ ਲੋੜ ਆ ਸਾਡੇ ਲੋਕ ਆ ਜਿਹੜੇ ਪਿੰਡਾਂ 'ਚ ਵੀ ਬੈਠੇ ਉਹਨਾਂ ਦਾ ਸਭ ਤੋਂ ਵੱਡਾ ਭਰਮ ਇਹੀ ਆ ਉਹ ਬਿਮਾਰੀ ਨੂੰ ਸ਼ੂਗਰ ਮੰਨਦੇ ਆ ਚੀਨੀ ਹਮ ਹੋਰ ਕੁਝ ਨਹੀਂ ਬੇਟਾ ਛੱਡ ਦੋ ਹਾਂ ਨਹੀਂ ਚੀਨੀ ਛੱਡ ਦੋ ਹਮ ਗੁੜ ਨਾਲ ਛੱਡੋ ਸ਼ੱਕਰ ਨਾਲ ਛੱਡੋ ਹਾਂ ਐਗਜ਼ੈਕਟਲੀ ਪਰ ਮੈਂ ਤੇ ਇੱਕੇ ਚੀਜ਼ ਕਹੂੰਗਾ ਗੁੜ ਵੀ ਛੱਡੋ ਸ਼ੱਕਰ ਵੀ ਛੱਡੋ ਗੁੜ ਤੇ ਸ਼ੱਕਰ 'ਚ ਵੀ ਮਿੱਠਾ ਆ ਅੰਬ ਹੁਣ ਕਈ ਸਾਡੇ ਆਯੁਰਵੇਦ ਵਾਲੇ ਕਹਿੰਦੇ ਆਂਬ ਖਾਈ ਚੱਲੋ ਜੇ 슈ਗਰ ਆ ਕੋਈ ਚੱਕਰ ਨਹੀਂ ਪਰ ਜਦੋਂ ਮਿੱਠਾ ਆ ਰਿਹਾ ਉਹ ਵੀ ਤਾਂ ਮਿੱਠਾ ਸਰੀਰ 'ਚ ਜਾਣਾ ਜੀ ਕਿਸੇ ਵੀ ਤਰ੍ਹਾਂ ਜਿਹੜੀ ਚੀਜ਼ ਮਿੱਠੀ ਆ ਆਲੂ ਆ ਚਾਵਲ ਆ ਇਹ ਚੀਜ਼ਾਂ ਦੇ ਨਾਲ 슈ਗਰ ਤੁਹਾਡੀ ਵਧਨੀ ਹੀ ਵਧਨੀ ਆ ਇਹ ਚੀਜ਼ਾਂ ਨੂੰ ਤੁਸੀਂ ਕੰਟਰੋਲ ਕਰੋ ਜੇ ਤੁਹਾਨੂੰ ਸਟਾਰਟਿੰਗ 'ਚ 슈ਗਰ ਦਾ ਪਤਾ ਲੱਗਿਆ ਡਰੋ ਨਾ ਵੀ ਤੁਸੀਂ ਸਾਰੀ ਜ਼ਿੰਦਗੀ ਗੋਲੀ ਖਾਓਗੇ ਠੀਕ ਹੈ ਜੀ ਇਹ ਜੇ ਸਟਾਰਟਿੰਗ 'ਚ ਤੁਹਾਨੂੰ ਪਤਾ ਲੱਗ ਗਿਆ ਤਾਂ ਸਟਾਰਟਿੰਗ 'ਚ ਪਹਿਲਾਂ 15-20 ਦਿਨ ਆਪਣੇ ਤੇ ਟ్రਾਇਲ ਕਰ ਲਓ ਸਾਰੀਆਂ ਚੀਜ਼ਾਂ ਛੱਡੋ ਨੋਰਮਲ ਡਾਈਟ ਲੋ ਵਾਕ ਕਰੋ ਐਕਸਰਸਾਈਜ਼ ਕਰੋ ਕਿਉਂਕਿ ਆਯੁਰਵੇਦ ਅਜੇਪਾ ਆਯੁਰਵੇਦ ਦੇ ਪਾਸੇ ਜਾਈਏ ਆਯੁਰਵੇਦ ਇੱਕ ਚੀਜ਼ ਕ ਆਪਣੀ ਆਰਾਮਦਾਇਕ ਜ਼ਿੰਦਗੀ ਤੁਸੀਂ ਸਟਾਰਟਿੰਗ 'ਚ ਗੱਲ ਕਹੀ ਸੀ ਪਿਛਲੇ 2-3 ਦਹਾਕਿਆਂ ਤੋਂ ਸ਼ੂਗਰ ਵੱਧ ਗਈ ਪਰ ਤੁਸੀਂ ਇਹ ਦੇਖੋ 2-3 ਦਹਾਕਿਆਂ ਤੋਂ ਹੀ ਸਾਡੇ ਏਸੀਆਂ ਦੀ ਜ਼ਿੰਦਗੀ ਵੱਧ ਗਈ ਅਸੀਂ ਗੱਡੀਆਂ 'ਚ ਜਾਣ ਲੱਗ ਗਏ ਅਸੀਂ ਰੈਸਟ ਕਰਨੀ ਆ ਟ੍ਰੇਨ ਦੇ ਵਿੱਚ ਸੋ ਕੇ ਜਾਣ ਲੱਗ ਗਏ ਅਸੀਂ ਪੈਦਲ ਨਹੀਂ ਤੁਰਦੇ ਅਸੀਂ ਐਕਸਰਸਾਈਜ਼ ਨਹੀਂ ਕਰਦੇ ਉਹ ਜਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਉਹ ਆਯੁਰਵੇਦ ਪ੍ਰੋਪਰ ਇਹਦੇ ਸਾਈਮਲਟੇਨੀਅਸਲੀ ਬੈਠ ਰਿਹਾ ਵੀ ਹਾਂ ਸਾਰੀ ਜ਼ਿੰਦਗੀ ਆਰਾਮਦਾਇਕ ਕਰ ਲੈ ਸ਼ੂਗਰ ਬਣ ਗਈ ਏ ਜੀ ਬਿਲਕੁਲ ਠੀਕ ਬਹੁਤ ਵਧੀਆ ਤਰੀਕੇ ਨਾਲ ਵਰਮਾ ਸਾਹਿਬ ਨੇ ਸਮਝਾਇਆ ਡਾਕਟਰ ਦੀਕਸ਼ਾ ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਕਿ ਸਾਰੇ ਇਹ ਗੱਲ ਕਰ ਰਹੇ ਕਿ 슈ਗਰ ਵੱਜ ਜਾਂਦੀ 슈ਗਰ ਵੱਜ ਜਾਂਦੀ ਆ ਆਮ ਤੌਰ ਤੇ ਬਹੁਤ ਵਾਰੀ ਇਹ ਵੀ ਸੁਣੀਦੇ ਕਿ ਇਹ ਬੰਦੇ ਤੇ 슈ਗਰ ਘਟ ਗਈ ਉਹ ਬਿਉਸ਼ ਹੋ ਗਿਆ ਉਹਨੂੰ ਚੱਕਰ ਆ ਗਏ ਫਟਾਫਟ ਉਹਨੂੰ ਕੋਈ ਮਿੱਠਾ ਖਵਾ ਦੋ ਉਹਦਾ 슈ਗਰ ਦਾ ਲੈਵਲ ਅਪ ਹੋ ਜਾਏਗਾ ਇਦਾਂ ਦੇ ਵੀ ਪੇਸ਼ੈਂਟਸ ਆਂਦੇ ਨੇ ਕਿ ਜਿਨ੍ਹਾਂ ਦੇ 슈ਗਰ ਘਟ ਵੀ ਆ ਉਹ ਘਟ ਘਟ 슈ਗਰ ਦਾ ਕੀ ਰੀਜ਼ਨ ਆ ਉਹ ਵੀ ਸਮਝਾਉਂਦੇ ਆ ਦੇਖੋ ਦੋ ਤਰ੍ਹਾਂ ਦਾ ਹੈ ਹੁਣ ਇੱਕ ਤਾਂ ਜਿਹਦੇ ਪੇਸ਼ੈਂਟ ਦੀ ਆਲਰੇਡੀ ਕਿਸੇ ਨੂੰ ਡਾਇਬੀਟਿਸ ਹੈਗੀ ਆ ਮਤਲਬ 슈ਗ ਯਾ ਤਾਂ ਗੋਲੀ ਖਾਣ ਨਾਲ ਘਟੀ ਹੈ। ਹੂੰ। ਯਾ ਨੋਰਮਲ ਕਈ ਵਾਰ ਆਪਾਂ ਕਹਿੰਦੇ ਆ ਕਿ ਇੱਕ ਬੰਦੇ ਦੀ ਉਹਨੂੰ ਸ਼ੂਗਰ ਨਹੀਂ ਹੈ ਪਰ ਉਹਦੀ ਸ਼ੂਗਰ ਘਟ ਗਈ। ਉਹ ਕਿਸੇ ਵੀ ਰੀਜ਼ਨ ਕਰਕੇ ਹੋ ਸਕਦੀ ਹੈ। ਹੂੰ। ਇਹ ਜ਼ਰੂਰੀ ਨਹੀਂ ਹੈਗਾ ਵੀ ਉਹਨੂੰ ਸ਼ੂਗਰ ਹੈ ਤਾਂ ਹੀ ਉਹਦੀ ਸ਼ੂਗਰ ਘਟਣੀ ਘਟਣੀ ਹੈ। ਉਹ ਜਿਦੀ ਤਾਂ ਜਿਹਨੂੰ ਹੈ 슈ਗਰ ਉਹਦੀ ਗੋਲੀ ਕਰਕੇ ਘਟ ਗਈ ਜਿਦੀ ਨਹੀਂ ਹੈ ਉਹਦੀ ਅਗਰ ਨਾਰਮਲੀ ਜੇ ਘਟੀ ਹੈ ਤਾਂ ਉਹਦਾ ਰੀਜ਼ਨ ਦੇਖਣਾ ਚਾਹੀਦਾ ਆ ਵੀ ਘਟੀ ਕਿਉਂ ਇੱਕ ਵਾਰ ਘਟੀ ਹੈ ਜੇ ਇੱਕ ਵਾਰ ਘਟੀ ਹੈ ਤਾਂ ਕੀ ਰੀਜ਼ਨ ਹੈ ਉਹਦਾ ਜਿਵੇਂ ਘਟੀ ਹੋਈ 슈ਗਰ ਖਤਰਨਾਕ ਹੈ ਘਟੀ ਹੋਈ ਖਤਰਨਾਕ ਹੈ ਘਟੀ ਹੋਈ ਜਿਆਦਾ ਖਤਰਨਾਕ ਹੈ ਜਿਵੇਂ ਆਪਾਂ ਕਹਿ ਦਿੰਨੇ ਆ 슈ਗਰ ਘਟਣ ਦੇ ਕਾਫੀ ਕਰਨੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਟੈਬਲੇਟ ਖਾਂਦੇ ਸੀ ਉਹ ਟੈਬਲੇਟ ਦੇ ਉੱਤੇ ਲੱਗੇ ਹੋਏ ਸੀ ਤਾਂ ਉਹਦੇ ਕਰਕੇ ਕੀ ਆ 슈ਗਰ ਥੋੜੀ ਕੰਟਰੋਲ ਹੋਣੀ ਸ਼ੁਰੂ ਹੋ ਗਈ ਪਰ ਡੋਜ਼ ਉਹਦੀ ਥੋੜੀ ਜਿਆਦਾ ਸੀ ਆਉਂਦੇ ਕਰਕੇ ਘਟ ਗਈ ਜਾਂ ਉੱਚ ਫਾਸਟਿੰਗ ਤੁਹਾਡੀ ਲੰਬਾ ਟਾਈਮ ਹੋ ਗਈ ਜਿਵੇਂ ਸਾਡੇ ਲੋਕ ਇੱਕ ਹੋਰ ਚੀਜ਼ ਵੀ ਕਰਦੇ ਆ 슈ગર ਦੀ ਗੋਲੀ ਜਦ ਦਿਲ ਕੀਤਾ ਚੱਕ ਕੇ ਲੈ ਲਈ ਨਹੀਂ 슈ગર ਦੀ ਗੋਲੀ ਲੈਣ ਦਾ ਇੱਕੇ ਕਰਨਾ ਜਦ ਤੁਸੀਂ ਲੈਣੀ ਆ ਖਾਣੇ ਦੇ ਵਿੱਚ ਲੋ ਜਾਂ ਖਾਣੇ ਤੋਂ ਜਸਟ 5 ਮਿੰਟ ਪਹਿਲਾਂ ਲੋ ਇਹ ਨਹੀਂ ਵੀ ਦੁਪਹਿਰੇ ਚੈੱਕ ਕਰਾਈ 슈ગર ਵਧੀ ਆ ਗਈ ਤਾਂ ਚੱਕ ਕੇ ਬੀਪੀ ਦੀ ਤਰ੍ਹਾਂ ਗੋਲੀ ਖਾ ਲਈ ਨਹੀਂ ਖਾਣੀ ਖਾਣੇ ਦੇ ਨਾਲ ਹੀ ਸ਼ੂਗਰ ਦੀ ਗੋਲੀ ਖਾਣੀ ਆ ਉਹ ਸਭ ਤੋਂ ਵੱਡਾ ਕਾਰਨ ਹੈ ਕਈ ਵਾਰ ਕੀ ਆ ਜਿਹੜੇ ਬੰਦੇ ਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੈਗੀ ਪਰ ਉਹਦੀ ਇਨਸੂਲਿਨ ਸਰੀਰ 'ਚ ਜ਼ਿਆਦਾ ਬਣਦੀ ਆ ਇੱਕ ਉਹ ਕਾਰਨ ਸ਼ੂਗਰ ਘਟਣ ਦਾ ਬਣਦਾ ਆ ਇੱਕ ਕਈ ਵਾਰ ਕੋਈ ਬੰਦਾ ਕਾਫੀ ਲੰਬੇ ਟਾਈਮ ਤੋਂ ਫਾਸਟਿੰਗ ਤੇ ਆ ਤਾਂ ਉਹਦੇ ਸਰੀਰ 'ਚ ਕੁਝ ਗਿਆ ਹੀ ਨਹੀਂ ਉਹ ਕਾਰਨ ਲੈਵਲ ਘਟਣ ਕਰਕੇ ਉਹਦਾ ਸ਼ੂਗਰ ਲੈਵਲ ਜਿਹੜਾ ਆਪਾਂ ਕਹਿੰਦੇ ਕਿ ਡਾਊਨ ਹੋ ਗਿਆ ਇਹ ਚੀਜ਼ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਆ ਸ਼ੂਗਰ ਵਧੀ ਹੋਈ ਠੀਕ ਆ ਨੁਕਸਾਨ ਜ਼ਰੂਰ ਕਰੇਗੀ ਪਰ ਜ਼ਿੰਦਗੀ ਨਹੀਂ ਖਤਮ ਕਰੇਗੀ ਪਰ ਜਿਹੜੀ ਸ਼ੂਗਰ ਘਟ ਗਈ ਉਹ ਤੁਹਾਡੀ ਖੂਨ ਲਖਤ ਜ਼ਿੰ ਆਈਪੀ ਗਲਾਈਸੇਮੀਆ ਹੋ ਗਿਆ ਆਈਪੀ ਗਲਾਈਸੇਮਿਕ ਸ਼ੌਕ ਚ ਜਾ ਸਕਦੇ ਹਾਂ ਈਵਨ ਡੈਥ ਵੀ ਹੋ ਸਕਦੀ ਹੈ ਤੁਹਾਡੀ ਡਾਕਟਰ ਸਾਹਿਬ ਇੱਕ ਹੋਰ 슈ਗਰ ਆਪਣੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਉਂਦੀ ਆ ਆਪਾਂ ਕਹਿੰਦੇ ਆ ਕਿ ਜੇ ਤੁਹਾਨੂੰ 슈ਗਰ ਹੋ ਗਈ ਹੈ ਤੇ ਸ਼ੁਰੂਆਤ ਹੈ ਬਿਮਾਰੀਆਂ ਦੀ ਹੁਣ ਜੇ ਕੰਟਰੋਲ ਨਾ ਹੋਈ ਤਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਆ ਜਾਣੀਆਂ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਐਕਚੁਅਲੀ ਕੀ ਹੈ 슈ਗਰ ਜਦ ਹੋਈ ਨੂੰ ਟਾਈਮ ਹੋ ਜਾਂਦਾ ਤੁਸੀਂ ਦੇਖਿਆ ਹੋਊਗਾ ਲੋਕ ਡਰਦੇ ਵੀ ਘਤੋਂ ਜਦ ਆਪਾਂ ਐਲੋਪੈਥਿਕ ਡਾਕਟਰ ਕੋਲ ਜਾਂਦੇ ਆ 슈ਗਰ ਦੇ ਨਾਲ ਉਹ ਕੱਲੀ 슈ਗਰ ਦੀ ਗੋਲੀ ਨਹੀਂ ਲਾਂਦਾ ਉਹ ਖੂਨ ਪਤਲੇ ਦੀ ਬੀਪੀ ਦੀ ਹੋਰ ਕਾਫੀ ਗੋਲੀਆਂ ਲਾ ਦਿੰਦਾ ਜਦਕਿ ਬੰਦਾ ਕਹਿੰਦਾ ਯਾਰਾ ਮੇਰਾ ਖੂਨ ਨਹੀਂ ਘੜਾ ਹੋਇਆ ਮੈਨੂੰ ਬੀਪੀ ਨਹੀਂ ਵੱਧਦਾ ਮੈਨੂੰ ਫਿਰ ਵੀ ਇਹਨਾਂ ਨੇ 슈ਗਰ ਦੇ ਨਾਲ ਗੋਲੀਆਂ ਲਾਤੀਆਂ ਉਹਦਾ ਕਾਰਨ ਕੀ ਆ 슈ਗਰ ਅੱਗੇ ਅੱਗੇ ਜੇ ਆਪਾਂ ਐਲੋਪੈਥਿਕ ਦੇ ਬੇਤੇ ਚੱਲੀਏ ਇਹ ਪ੍ਰੋਬਲਮਸ ਕਰਦੀ ਹੈ ਇੱਕ ਅਸੀਂ ਗਰੁੱਪ ਬਣਾਏ ਹੁੰਦੇ ਆ ਮਾਈਕਰੋ ਵੈਸਕੂਲਰ ਕੰਪਲਿਕੈਸ਼ਨਸ ਮੈਕਰੋ ਵੈਸਕੂਲਰ ਕੰਪਲਿਕੈਸ਼ਨਸ ਉਹਨਾਂ ਚ ਕੀ ਹੁੰਦਾ ਜਿਹੜੀਆਂ ਮਾਈਕਰੋ ਵੈਸਕੂਲਰ ਆ ਜਾਂਦੀਆਂ ਉਹ ਚ ਸ਼ੂਗਰ ਸਭ ਤੋਂ ਪਹਿਲਾਂ ਅੱਖਾਂ ਤੇ ਅਟੈਕ ਕਰਦੀ ਆ ਅੱਖਾਂ ਦਾ ਪਰਦਾ ਕਮਜ਼ੋਰ ਕਰ ਦਿੰਦੀ ਆ ਮੈਕੂਲਾ ਹੁੰਦਾ ਉਹਨੂੰ ਕਮਜ਼ੋਰ ਕਰ ਦਿੰਦੀ ਆ ਜਿਹਦੇ ਕਰਕੇ ਆਪਾਂ ਜ਼ਿਆਦਾਤਰ ਕਹਿ ਦਿੰਦੇ ਆ ਜੀ ਇਹਨੇ ਲੈਂਸ ਪਾਣਾ ਪੈਣਾ ਸ਼ੂਗਰ ਦੇ ਮਰੀਜ਼ ਦੀ ਨਿਗਾ ਡਾਊਨ ਹੋ ਗਈ ਫਿਰ ਉਸ ਤੋਂ ਬਾਅਦ ਕੀ ਹੁੰਦਾ ਇਹ ਕਿਡਨੀਆਂ ਤੇ ਅਟੈਕ ਕਰਦੀ ਆ ਡਾਇਬੀਟਿਕ ਨੇਫਰੋਪੈਥੀ ਕਹਿੰਦੇ ਨੇ ਆਪਾਂ ਉਹਨੂੰ ਉਹਦੇ ਵਿੱਚ ਕੀ ਆ ਕਰੈਟੀਨਿਨ ਵਧਣ ਲੱਗ ਜਾਂਦਾ ਲੋਕ ਡਾਇਲਿਸਿਸ ਤੱਕ ਪਹੁੰਚ ਜਾਂਦੇ ਆ ਜਿਨ੍ਹਾਂ ਦੀ ਸ਼ੂਗਰ ਨਹੀਂ ਕੰਟਰੋਲ ਰਹਿੰਦੀ ਉਸ ਤੋਂ ਬਾਅਦ ਇਹ ਨਸਾਂ ਤੇ ਕਮਜ਼ੋਰ ਕਰ ਅਟੈਕ ਕਰਦੀ ਆ ਡਾਇਬੀਟਿਕ ਨਿਊਰੋਪੈਥੀ ਹੋ ਜਾਂਦੀ ਆ ਉਹ ਚ ਕੀ ਕਰਦੀ ਆ ਇਹ ਹੱਥਾਂ ਪੈਰਾਂ ਦੀਆਂ ਨਸਾਂ ਤੁਸੀਂ ਦੇਖਿਆ ਹੋਊਗਾ ਸ਼ੂਗਰ ਦਾ ਮਰੀਜ਼ ਕੋਲ ਹੋਊਗਾ ਮਰੀਆਂ ਲੱਤਾਂ ਦਰਦ ਕਰਦੀਆਂ ਮੇਰੇ ਸਰੀਰ 'ਚ ਜਾਨ ਹੈ ਨਹੀਂ ਮੋਸਟ ਬੇਸਿਕਲੀ ਉਹ ਕਹਿੰਦੇ ਕਿ ਮੇਰੇ ਜਲਨ ਬਹੁਤ ਹੁੰਦੀ ਆ ਸੇਕ ਨਿਕਲਦਾ ਆ ਪੈਰਾਂ 'ਚੋਂ ਸੇਕ ਨਿਕਲਣਾ ਜਲਨ ਹੋਣੀ ਪੈਰ ਭ that ਤੁਰਦੇ ਆ ਤਾਂ ਇਹ ਫੀਲ ਨਹੀਂ ਹੁੰਦਾ ਵੀ ਚੱਪਲ ਪਾਈ ਆ ਚੱਪਲ ਪੈਰ ਚੋਂ ਕੱਢ ਨਿਕਲ ਗਈ ਇਹ ਉੱਚ ਆ ਗਿਆ ਉਸ ਤੋਂ ਬਾਅਦ ਹੋਰ ਅੱਗੇ ਅਟੈਕ ਕਰਦੀ ਹੈ ਜਾ ਕੇ ਹਾਰਟ ਅਟੈਕ ਕਰਦੀ ਹੈ ਇਹ ਕੀ ਕਰਦੀ ਆ ਜਿਹੜੀਆਂ ਹਾਰਟ ਦੀਆਂ ਨਸਾਂ ਨੇ ਉਹਨਾਂ ਚ ਕਲੋਟ ਬਣਾਣੇ ਸ਼ੁਰੂ ਕਰ ਦਿੰਦੀ ਆ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਖੂਨ ਗਾੜਾ ਹੋ ਜਾਂਦਾ ਉਹ ਇੱਥੇ ਆਂਦਾ ਜਦਾ ਸ਼ੂਗਰ ਹੋਈ ਨੂੰ ਟਾਈਮ ਹੋ ਜਾਂਦਾ ਫਿਰ ਇਹ ਖੂਨ ਗਾੜਾ ਕਰਦੀ ਆ ਖੂਨ ਗਾੜਾ ਹੋ ਕੇ ਕਲੋਟ ਬਣਦੇ ਆ ਹਾਰਟ ਚ ਜਾਂਦੇ ਆ ਹਾਰਟ ਅਟੈਕ ਹੋਣ ਦੇ ਚਾਂਸਸ ਵੱਧਦੇ ਆ ਜਾਂ ਛਾਤੀ ਚ ਦਰਦ ਰਹਿਣ ਲੱਗ ਜਾਂਦਾ ਆ ਨਹੀਂ ਉਸ ਤੋਂ ਛੁਟਕੀ ਹੁੰਦਾ ਹੈ ਪੈਰੀਫਰਲ ਵਾਸਕੂਲ ਤਾਂ ਬਾਹਾਂ ਦੇ ਵਿੱਚ ਕਲੋਟ ਜਿਲਜਨ ਲੱਗ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਨੇ ਲੱਤ ਗਲ ਗਈ ਪੈਰ ਖਰਾਬ ਹੋ ਗਿਆ ਉਹ ਪੈਰੀਫਰਲ ਵਾਸਕੂਲਰ ਡਿਜ਼ੀਜ਼ ਦੇ ਅੰਦਰ ਆ ਗਿਆ ਵੀ ਉੱਥੇ ਕਲੋਟ ਚਲੇ ਗਿਆ ਤੇ ਤੀਜਾ ਉਸ ਤੋਂ ਬਾਅਦ ਕੀ ਕਰਦੀ ਆ ਅਦਰੰਗ ਦਾ ਅਟੈਕ ਸ਼ੂਗਰ ਵਾਲੇ ਨੂੰ ਇਹ ਵੀ ਚੀਜ਼ ਹੁੰਦੀ ਆ ਲਾਸਟ ਦੇ ਵਿੱਚ ਜੇ ਉਹ ਕਲੋਟ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਹਾਰਟ ਅਟੈਕ ਕਰ ਰਿਹਾ ਜਾਂ ਲੱਤਾਂ ਬਾਹਾਂ ਚ ਕਲੋਟ ਆ ਕੇ ਲੱਤਾਂ ਨੂੰ ਗਲ ਰਿਹਾ ਤਾਂ ਉਹ ਕਲੋਟ ਟਰੈਵਲ ਕਰਦਾ ਕਰਦਾ ਬ੍ਰੇਨ ਦੇ ਵਿੱਚ ਚਲ ਜਾਂਦਾ ਤਾਂ ਉਹ ਬ੍ਰੇਨ ਚ ਜਦ ਗਿਆ ਤਾਂ ਜਿਹੜਾ ਰਸਤਾ ਉਹਨੇ ਬੰਦ ਕਰਤਾ ਜਿਹੜੀ ਨਾੜੀ ਉਹਨੇ ਬੰਦ ਕਰਤੀ ਉਹ ਏਰੀਆ ਨੂੰ ਹੋ ਜੂਗਾ ਫਿਰ ਉਹ ਜਿਹੜੇ ਪਾਸੇ ਨੂੰ ਕੰਟਰੋਲ ਕਰਦਾ ਇੱਕ ਇਥੇ ਮੈਂ ਹੋਰ ਚੀਜ਼ ਦੱਸਣੀ ਚਾਹਣਾ ਬ੍ਰੇਨ ਇਹ ਕਹੀ ਜੀ ਚੀਜ਼ ਆ ਬ੍ਰੇਨ ਆਪਣੀ ਬੋਡੀ ਦਾ ਪੁੱਠਾ ਚੱਲਦਾ ਜੇ ਬ੍ਰੇਨ ਦਾ ਰਾਈਟ ਸਾਈਡ ਤੇ ਕਲੋਟ ਗਿਆ ਰਾਈਟ ਸਾਈਡ ਉਹਨੇ ਡੈਮੇਜ ਕੀਤੀ ਆ ਤਾਂ ਬੋਡੀ ਲੈਫਟ ਖਰਾਬ ਹੋਏਗੀ ਜੇ ਲੈਫਟ ਚ ਗਿਆ ਜਾਨੀ ਕਿ ਡਾਇਗਨਲ ਚੱਲਦੇ তাই ابھی ਜਿਹੜੇ ਪਾਸੇ ਗਿਆ ਉਹ ਪਾਸੇ ਦਾ ਦਾ ਰੰਗ ਪੁੱਠੇ ਪਾਸੇ ਦਾ ਦਾ ਰੰਗ ਬਿਲਕੁਲ ਠੀਕ ਆ ਔਰ ਸਾਡਾ ਮਕਸਦ ਤੁਹਾਨੂੰ ਡਰਾਣਾ ਨਹੀਂ ਹੈ ਕਿ ਡਾਕਟਰ ਸਾਹਿਬ ਨੇ ਬਿਮਾਰੀਆਂ ਬਹੁਤ ਵੱਡੀਆਂ ਵੱਡੀਆਂ ਗਿਣਤੀ ਤੇ ਲੋਕੀ ਡਰ ਨਾ ਜਾਣ ਕਿ ਸਾਨੂੰ ਉਹ ਕੁਛ ਹੈ ਤੁਹਾਨੂੰ ਅਸੀਂ ਚੇਤਨ ਕਰ ਰਹੇ ਹਾਂ ਤੁਹਾਨੂੰ ਜਾਗਰੂਕ ਕਰ ਰਹੇ ਹਾਂ ਕਿ ਜਿਹੜੀ ਡਾਇਬਟਿਕ ਹੈਗੀ ਹੈ ਜੇ ਤੁਸੀਂ ਪੇਸ਼ੈਂਟ ਹੈਗੇ ਹੋ ਡਾਇਬੀਟੀਜ਼ ਕਿਸ ਹੱਦ ਤੱਕ ਖਤਰਨਾਕ ਜਾਨਲੇਵਾ ਸਾਬਤ ਹੋ ਸਕਦੀ ਹੈ ਡਾਕਟਰ ਸਾਹਿਬ ਇੱਕ ਹੋਰ ਅਹਿਮ ਸਵਾਲ ਜਿਹੜਾ ਰਹਿਣਾ ਜਵੇ ਪਤਾ ਕਿਵੇਂ ਲੱਗੇ ਕਿ ਇਹ 슈ਗਰ ਦਾ ਪੇਸ਼ੈਂਟ ਆ ਤੋਂ ਲੱਗਦਾ ਹੈ ਕਿ ਹਰ ਆਮ ਖਾਸ ਨੂੰ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ ਨਹੀਂ ਚਲੋ ਨਹੀਂ ਫੀਲ ਹੁੰਦਾ ਤੁਹਾਡਾ ਭਾਰ ਘਟਣਾ ਸ਼ੁਰੂ ਹੋ ਗਿਆ ਬੇਵਜਾ ਤੋਂ ਜਬ ਬੇਵਜਾ ਤੋਂ ਜਬ ਭਾਰ ਬਹੁਤ ਜ਼ਿਆਦਾ ਵਧਣ ਲੱਗ ਗਿਆ ਹੋਇਆ ਮੋਟੇ ਹੋ ਰਹੀਆਂ ਬੇਫਾਲਤੂ ਤੋਂ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਪਸੀਨੇ ਚ ਸਮੈਲ ਆ ਰਹੀ ਆ ਯੂਰਿਨ ਕਰਦੇ ਹੋ ਯੂਰਿਨ ਦੇ ਆਲੇ ਦੁਆਲੇ ਕੀੜੀਆਂ ਆਣੀਆਂ ਸ਼ੁਰੂ ਹੋ ਗਈਆਂ ਹੋਈਆਂ ਆ ਤੈਹ ਜਿਹੜੀਆਂ ਚੀਜ਼ਾਂ ਐ ਜਿਨ੍ਹਾਂ ਤੋਂ ਬੇਫਾਲਤੂ ਸ਼ਰੀਰ ਲਥਾਰਜਿਕ ਰਹਿ ਰਿਹਾ ਗਿਰਿਆ ਰਹਿ ਰਿਹਾ ਨਹੀਂ ਪੈਰ ਭਾਰੀ ਹੋ ਗਿਆ ਪੈਰ ਭਾਰੀ ਹੋ ਗਿਆ ਇਹ ਚੀਜ਼ਾਂ ਐ ਕਾਫੀ ਰਾਤ ਨੂੰ ਯੂਰਨ ਬਹੁਤ ਜ਼ਿਆਦਾ ਮੈਂ ਇਹ ਚੀਜ਼ਾਂ ਜਿਹੜੀਆਂ ਆਪਾਂ ਐਕਸਪਲੇਨ ਕੀਤੀਆਂ ਇਹਨਾਂ ਦਾ ਕਰਨ ਦਾ ਇਹ ਮਤਲਬ ਆ ਵੀ ਸ਼ੂਗਰ ਨੂੰ ਹਲਕੇ ਚ ਨਾ ਲੋ ਜਿਵੇਂ ਕਹ ਦਿੰਨੇ ਆ ਚੱਲ ਕੋਈ ਗੱਲ ਨਹੀਂ ਯਾਰਾ ਜੇ ਮੈਂ ਕਿਤੇ ਮੈਂ ਇਹ ਜੇ ਮੈਂ ਆਪਣੀ ਰਿਸ਼ਤੇਦਾਰਾਂ ਦੀ ਗੱਲ ਦੱਸਦਾ ਇਹ ਜੇ ਇੱਕ ਵਾਰ ਮੈਂ ਉਹਨਾਂ ਨੂੰ ਅੱਜ ਤੋਂ 10 ਸਾਲ ਦੀ ਗੱਲ ਆ ਮੈਂ ਵੀ ਸਟੂਡੈਂਟ ਲਾਈਫ ਸੀ ਮੈਂ ਆਪਣੇ ਸੀਨੀਅਰ ਡਾਕਟਰ ਕੋਲ ਲੈ ਗਿਆ ਉੱਥੇ ਉਹ ਕਹਿੰਦੇ ਜੀ ਤੁਸੀਂ ਪਾ ਚਾਹ ਨਹੀਂ ਚਾਹ ਵੀ ਫਿੱਕੀ ਪੀਣੀ ਆ ਕਹਿੰਦੇ ਜੀ ਨਾ ਬਾਕੀ ਸਭ ਕੁਝ ਹੋ ਜਾਊਗਾ ਮੈਂ ਚਾਹ ਫਿੱਕੀ ਨਹੀਂ ਪੀ ਸਕਦਾ ਕਹਿੰਦੇ ਜੀ ਕਿਉਂ ਨਹੀਂ ਪੀ ਸਕਦੇ ਕਹਿੰਦਾ ਜੀ ਲੋ ਮੈਂ ਪਿੰਡ ਦਾ ਲੰਬੜਧਾਰ ਆ ਮੈਂ ਲੋ ਜੀ ਦੇ ਘਰ ਜਾਣਾ ਜੇ ਅਗਲੇ ਨੂੰ ਮੈਂ ਕਹੂੰਗਾ ਚਾਹ ਫਿੱਕੀ ਦੇਈ ਓਏ ਅਗਲੇ ਨੇ ਕਹਣਾ ਹੰਕਾਰ ਗਿਆ ਸਾਤੋਂ ਚਾਹ ਫਿੱਕੀ ਮੰਗ ਲਾ ਤਾਂ ਇਹ ਚੀਜ਼ਾ ਵੀ ਇਹ ਚੀਜ਼ ਛੱਡੋ ਕੋਈ ਨਹੀਂ ਹਰ ਇੱਕ ਨੂੰ ਪਤਾ ਅੱਜ ਦੇ ਟਾਈਮ 'ਚ ਵੀ ਚਾਹ ਫਿੱਕੀ ਪੀਣੀ ਆ ਇਹਨੇ ਵੀ ਸ਼ੂਗਰ ਦਾ ਮਰੀਜ਼ ਆ ਤਾਂ ਕਿਤੇ ਵੀ ਕੁਛ ਆ ਇੱਕ ਦਿਨ ਵੀ ਸ਼ੂਗਰ ਖਾਣ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਕੌਣ ਆ ਕਾ ਇਹ ਨਾ ਸੋਚੋ ਵੀ ਅੱਜ ਖਾ ਲਾਂਗੇ ਕੱਲ ਛੱਡ ਲਾਂਗੇ ਅਬ 10 ਦਿਨ ਅਸੀਂ ਨਹੀਂ ਖਾਧੀ ਤੇ ਇੱਕ ਦਿਨ ਆਪਾਂ ਰੱਜ ਕੇ ਖਾ ਲਈਏ ਇਹ ਇੱਕ ਜਲੇਬੀ ਗਲਾਬ ਜਾਮਣ ਖਾ ਲਈਏ ਖੁਸ਼ ਹੋ ਜਾਏਗਾ ਪਰ ਨਹੀਂ ਇਦਾਂ ਨਹੀਂ ਇਹ ਚੀਜ਼ ਨਹੀਂ ਤੁਹਾਨੂੰ ਇਹ ਨਾ ਜਿੰਨੀਆਂ ਅਸੀਂ ਬਿਮਾਰੀਆਂ ਦਸੀਆਂ ਨੇ ਚੋ ਕਿਸੇ ਬਿਮਾਰੀ ਦੀ ਦਿੱਕਤ ਨਹੀਂ ਆਊਗੀ ਕੁਝ ਨਹੀਂ ਹੋਊਗਾ ਜੇ ਤੁਹਾਨੂੰ ਸਿਰਫ ਸ਼ੂਗਰ ਆ ਪਰ ਤੁਸੀਂ ਉਹਨੂੰ ਕੰਟਰੋਲ ਰੱਖੋ ਤੁਸੀਂ ਉਹਨੂੰ 150 ਤੋਂ ਥੱਲੇ ਰੱਖੋ ਉਹਨੂੰ 150 ਤੋਂ ਉੱਤੇ ਨਾ ਜਾਣ ਦਿਓ ਜੇ 150 ਤੋਂ ਉੱਤੇ ਜਾਏਗੀ ਤਾਂ ਨੁਕਸਾਨ ਹੋਏਗਾ ਫਾਸਟਿੰਗ ਦੀ ਗੱਲ ਕਰ ਰਹੇ ਤੁਸੀਂ 150 ਨੇ ਰੋਟੀ ਖਾ ਕੇ 180 ਤੋਂ 160 ਤੋਂ نیچے ਫਾਸਟਿੰਗ 120 ਤੱਕ 120 ਹਾਂਜੀ ਚਲੋ ਠੀਕ ਹੈ ਸੈਰ ਬਹੁਤ ਜ਼ਰੂਰੀ ਜੀ ਜਿਹਦੇ ਵਿੱਚ ਸਭ ਤੋਂ ਵੱਡੀ ਸੈਰ ਚਲੋ ਆਪਾਂ ਅੱਜ ਅੰਦਰ ਅੰਦਰ ਟਿਪ ਵੀ ਲੈ ਲੈਣੇ ਆ ਸ਼ੂਗਰ ਦੀਓ ਕਿ ਸੈਰ ਕਿੰਨੀ ਕੁ ਜ਼ਰੂਰੀ ਹੈ ਸੈਰ ਬਹੁਤ ਜ਼ਰੂਰੀ ਹੈ ਜੀ ਜਾਂ ਤਾਂ ਤੁਸੀਂ ਡਾਕਟਰਾਂ ਕਿਹੜੇ ਕਾਢ ਲੋ ਨਹੀਂ ਫਿਰ ਕੋਈ ਆਪਦੇ ਕਿਹੜੇ ਕਾਢ ਮੇਰੇ ਆਪਦੇ ਕਿਹੜੇ ਕਾਢ ਦੋ ਜੀ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਆਮ ਤੌਰ ਤੇ ਅਸੀਂ ਕਹਿੰਨੇ ਕਿ ਸਾਡਾ ਸ਼ਰੀਰ ਕਹਿੰਦਾ ਕਿ ਤੂੰ ਮੇਰੇ ਲਈ ਇੱਕ ਘੰਟਾ ਚੱਲ ਮੈਂ ਤੇਰੇ ਲਈ ਸਾਰੀ ਉਮਰ ਚੱਲਾਂਗਾ ਇਹੀ ਅੱਜ ਦਾ ਐਂਡ ਆਪਾਂ ਕਰਦੇ ਇੱਥੇ ਹੀ ਕਿਉਂਕਿ ਜੇਕਰ ਤੁਸੀਂ ਸ਼ੂਗਰ ਵਰਗੀ ਭਿਆਨਕ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ ਨਹੀਂ ਤਾਂ ਐਂਡ ਦੇ ਵਿੱਚ ਆ ਕੇ ਜਿਹੜੇ ਡਾਕਟਰ ਸਾਨੂੰ ਬਿਮਾਰੀਆਂ ਦੀ ਗਿਣਤੀ ਕੀਤੀ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਲੱਗ ਸਕਦੀ ਹੈ ਸੋ ਆਪਣਾ ਧਿਆਨ ਜ਼ ਸ਼ਰਮਾਉਣ ਦੀ ਲੋੜ ਨਹੀਂ ਹੈਗੀ ਬਿਲਕੁਲ ਬਿਲਕੁਲ ਇਹ ਤਾਂ ਕਿਸੇ ਨੂੰ ਵੀ ਹੋ ਸਕਦੀ ਹੈ ਦੀ ਇਹ ਹਮ ਹਮ ਇਹ ਦੇ ਬੱਚੇ ਵੀ ਨਾ ਇਹ ਟੈਨਸ਼ਨ ਲੋ ਕਈ ਵਾਰੀ ਪਰਦਾ ਪਾਣਾ ਸ਼ੁਰੂ ਕਰਦੇ ਨੇ ਨਹੀਂ ਇਹਦੀ ਟੈਨਸ਼ਨ ਲੋ ਵੀ ਮੈਨੂੰ ਬਿਮਾਰੀ ਹੋ ਗਈ ਕੁਦਰਤੀਆ ਹੋ ਗਈ ਤੁਹਾਡਾ ਕੋਈ ਜੋਰ ਨਹੀਂ ਚੱਲਦਾ ਸਮਝ ਕੇ ਉਹਦਾ ਹੱਸ ਕੇ ਸਾਹਮਣਾ ਕਰੋ ਵੀ ਹੋਈਆਂ ਤਾਂ ਮੈਂ ਕੰਟਰੋਲ ਕਰ ਲਵਾਂਗੀ ਮੈਂ ਕੰਟਰੋਲ ਕਰਾਂਗੀ ਜੇ ਪਤਾ ਹੀ ਨਹੀਂ ਹੋਊਗਾ ਤੁਸੀਂ ਲੁਕੋਈ ਜਾਓਗੇ ਜੀ ਹਾਂ ਉਹ ਫਿਰ ਉਹ ਤਾਂ ਫਿਰ ਕੁਦਰਤੀ ਤੀਜਾ ਉਹ ਫਿਰ ਅੱਕੇ ਜਾ ਕੇ ਜ਼ਿਆਦਾ ਖਤਰਨਾਕ ਨੁਕਸਾਨ ਦੇ ਕਰੋਗੇ ਜੀ ਉਹ ਬਹੁਤ-ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਅਗਲੀ ਵਾਰ ਫਿਰ ਤੋਂ ਤੁਹਾਨੂੰ ਜਾਗਰੂਕ ਕਰਦਾ ਇੱਕ ਖਾਸ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ